ਇਹ ਬੱਚੇ ਜੋ ਮੈਡਲ ਲੈ ਕੇ ਆਏ ਨੇ, ਇਹ ਆਪਣੀ ਮਿਹਨਤ ਨਾਲ ਲੈ ਕੇ ਆਏ ਨੇ। ਅਸੀਂ ਇਹਨਾਂ ਤੋਂ ਅੱਗੇ ਵੀ ਆਸ ਰੱਖਦੇ ਹਾਂ ਕਿ ਇਹ ਇੰਡੀਆ ਦੇ ਵਿੱਚੋਂ ਵੀ ਮੈਡਲ ਲੈ ਕੇ ਆਉਣਗੇ। ਜ਼ਿਲ੍ਹੇ ਦੇ ਵਿੱਚੋਂ ਪਹਿਲੀ ਵਾਰ ਹੋਇਆ ਕਿਸੇ ਪੇਂਡੂ ਗਰਾਊਂਡ ਦੇ ਵਿੱਚੋਂ, ਪੇਂਡੂ ਟਰੈਕ ਦੇ ਵਿੱਚੋਂ ਪੁਜੀਸ਼ਨ ਆਈ ਹੋਵੇ। ਬੱਚਿਆਂ ਨੂੰ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਇੱਕ ਮੁਕਾਮ ਨੂੰ ਪਾਉਣਾ ਤਾਂ ਲਵਰੀਨ ਵਰਗੀ ਮੈਡਮ ਦੇ ਨਾਲ ਟੱਚ ਹੋਵੋ, ਤੁਸੀਂ ਉਸ ਗਰਾਊਂਡ 'ਤੇ ਜਾ ਕੇ ਖੇਡੋ ਜਿੱਥੇ ਮੈਡਮ ਜੀ ਟ੍ਰੇਨਿੰਗ ਦਿੰਦੇ ਨੇ। ਜ਼ਿਲ੍ਹੇ ਦੇ ਵਿੱਚ ਜੇ ਇੱਦਾਂ ਦੇ ਕੋਚ ਸਾਨੂੰ ਮਿਲਣਗੇ ਤਾਂ ਮੈਂ ਨਹੀਂ ਕਹਿੰਦਾ ਵੀ ਕੋਈ ਬੱਚਾ ਨਸ਼ਾ ਕਰੂਗਾ ਅੱਜ ਦੇ ਦੌਰ 'ਚ। ਸੋ ਮੈਂ ਇਹ ਸਾਰਾ ਹੀ ਸਿਹਰਾ ਮੈਡਮ ਲਵਰੀਨ ਜੀ ਨੂੰ ਦੇਣਾ ਚਾਹੁੰਦਾ। ਪਿਛਲੇ ਦਿਨੀ ਜ਼ਿਲ੍ਹਾ ਮੋਗੇ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਲੜਕੀਆਂ ਨੇ ਮੈਡਲ ਜਿੱਤ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਪਹੁੰਚਣ ਤੇ ਇਲਾਕੇ ਦੇ ਲੋਕਾਂ ਵੱਲੋਂ ਇਹਨਾਂ ਵਿਦਿਆਰਥਣਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਜਿੱਥੇ ਮੈਡਲ ਜਿੱਤਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ, ਉੱਥੇ ਹੀ ਇਹਨਾਂ ਨੂੰ ਜਿਹੜੀ ਕੋਚ ਵੱਲੋਂ ਟ੍ਰੇਨਿੰਗ ਦਿੱਤੀ ਗਈ ਸੀ ਉਸਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਰਾਏ ਬਹਾਦਰ ਨੇ ਕੋਚ ਲਵਲੀਨ ਕੌਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਹਨਾਂ ਲੜਕੀਆਂ ਨੂੰ ਟ੍ਰੇਨਿੰਗ ਦਿੱਤੀ। ਇਸ ਦੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਕਿ ਹਰ ਪਿੰਡ ਦੇ ਵਿੱਚ ਲਵਲੀਨ ਕੌਰ ਮੈਡਮ ਵਰਗੀ ਕੋਚ ਹੋਣੀ ਜ਼ਰੂਰੀ ਹੈ। ਇੱਥੇ ਸਰਪੰਚ ਨੇ ਇਹਨਾਂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ ਤੇ ਵਧਾਈ ਵੀ ਦਿੱਤੀ। ਇਹ ਬੱਚੇ ਹੀ ਜੋ ਕਿ ਦੋ ਬੱਚੇ ਸਾਡੇ ਪੰਜਾਬ ਸਟੇਟ ਦੇ ਵਿੱਚੋਂ ਅਮੈਚਰ ਅਥਲੈਟਿਕ ਐਸੋਸੀਏਸ਼ਨ ਵੱਲੋਂ ਮੋਗਾ ਵਿਖੇ ਸਟੇਟ ਚੈਂਪੀਅਨਸ਼ਿਪ ਹੋਈ ਆ, ਉਹਦੇ ਵਿੱਚੋਂ ਦੋ ਸਿਲਵਰ ਮੈਡਲ ਅਤੇ ਇੱਕ ਬਰਾਂਜ ਮੈਡਲ ਲੈ ਕੇ ਆਏ ਨੇ। ਇਹ ਇੱਕ ਬੇਟੀ ਆ ਜਿਹੜੀ ਕਿ ਇਹਦਾ ਪਿੰਡ ਬਰਾਉਂਗਾ ਜੇਰਾ, ਇਹ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਵਿਖੇ ਪੜ੍ਹਦੀ ਹੈ। ਦੋਵੇਂ ਬੱਚੇ ਉੱਥੇ ਪੜ੍ਹਦੇ ਨੇ, ਪਰ ਇਹ ਸਾਡੇ ਡੇਰਾ ਰਾਮਤਲਾਈ ਗਰਾਊਂਡ ਵਿਖੇ ਪ੍ਰੈਕਟਿਸ ਕਰਦੇ ਨੇ। ਮੈਡਮ ਲਵਲੀਨ ਕੌਰ ਜੀ ਉੱਥੇ ਪ੍ਰੈਕਟਿਸ ਕਰਾਉਂਦੇ ਨੇ ਸ਼ਾਮ ਨੂੰ। ਅਸੀਂ ਵੀ ਇਹਨਾਂ ਨੂੰ ਪੂਰਨ ਸਹਿਯੋਗ ਦਿੰਦੇ ਹਾਂ ਕਲੱਬ ਵੱਲੋਂ। ਇਹ ਬੱਚੇ ਜੋ ਮੈਡਲ ਲੈ ਕੇ ਆਏ ਨੇ, ਇਹ ਆਪਣੀ ਮਿਹਨਤ ਨਾਲ ਲੈ ਕੇ ਆਏ ਨੇ। ਅਸੀਂ ਇਹਨਾਂ ਤੋਂ ਅੱਗੇ ਵੀ ਆਸ ਰੱਖਦੇ ਹਾਂ ਕਿ ਇਹ ਇੰਡੀਆ ਦੇ ਵਿੱਚੋਂ ਵੀ ਮੈਡਲ ਲੈ ਕੇ ਆਉਣਗੇ। ਜਿਹੜੀ ਬੱਚੀ ਤੀਜੀ ਆ, ਇਹ ਬੱਚੀ ਚੌਥੀ ਪੋਜੀਸ਼ਨ 'ਤੇ ਰਹੀ ਆ ਲੌਂਗ ਜੰਪ ਦੇ ਵਿੱਚ। ਬੱਚਿਆਂ ਦੇ ਸਿਰ ਦੇ ਬੱਚਿਆਂ ਦੇ ਪੇਸ 'ਤੇ ਬੜੀ ਖੁਸ਼ੀ ਹੈ। ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਜ਼ਿਲ੍ਹੇ ਦੇ ਬੱਚਿਆਂ ਨੂੰ? ਅਸੀਂ ਜ਼ਿਲ੍ਹੇ ਦੇ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਐਥਲੈਟਿਕਸ ਦੇ ਵਿੱਚ ਅੱਜ ਤੱਕ ਪੋਜੀਸ਼ਨਾਂ ਆਉਂਦੀਆਂ ਰਹੀਆਂ ਨੇ, ਇਹ ਅੱਜ ਤੱਕ ਕਦੇ ਕਿਸੇ ਪੇਂਡੂ ਗਰਾਊਂਡ ਦੇ ਵਿੱਚੋਂ ਨਹੀਂ ਆਈਆਂ। ਇਹ ਜ਼ਿਲ੍ਹੇ ਦੇ ਵਿੱਚੋਂ ਪਹਿਲੀ ਵਾਰ ਹੋਇਆ ਕਿਸੇ ਪੇਂਡੂ ਗਰਾਊਂਡ ਦੇ ਵਿੱਚੋਂ, ਪੇਂਡੂ ਟਰੈਕ ਦੇ ਵਿੱਚੋਂ ਪੋਜੀਸ਼ਨ ਆਈ ਹੋਵੇ। ਇਹ ਕੋਚ ਦਾ ਸਾਰਾ ਜਿਹੜਾ ਸਿਹਰਾ ਜਾਂਦਾ, ਕੋਚ ਤੇ ਸਿਹਰਾ ਜਾਂਦਾ ਮੈਡਮ ਲਵਲੀਨ ਕੌਰ ਤੇ, ਜਿਨ੍ਹਾਂ ਨੇ ਉੱਥੇ ਮਿਹਨਤ ਕਰਵਾਈ ਆ। ਅਸੀਂ ਧੰਨਵਾਦੀ ਹਾਂ ਬਾਬਾ ਹਰਵਿੰਦਰ ਦਾਸ ਜੀ ਦੇ, ਜਿਨ੍ਹਾਂ ਨੇ ਕਿ ਡੇਰਾ ਰਾਮਤਲਾਈ ਵਿਖੇ ਸਾਨੂੰ ਪੂਰਨ ਸਹਿਯੋਗ ਕਲੱਬ ਨੂੰ ਦਿੱਤਾ। ਅਸੀਂ ਉੱਥੇ 200 ਮੀਟਰ ਦਾ ਟਰੈਕ ਤਿਆਰ ਕਰ ਚੁੱਕੇ ਹਾਂ ਅਤੇ ਬਾਕੀ ਦੇ ਜਿਹੜੇ ਗਰਾਊਂਡ ਆ ਉਹ ਅਸੀਂ ਉੱਥੇ ਤਿਆਰ ਕਰ ਰਹੇ ਹਾਂ ਇਹਨਾਂ ਬੱਚਿਆਂ ਵਾਸਤੇ। ਆਪਣੇ ਜ਼ਿਲ੍ਹੇ ਦੇ ਬੱਚਿਆਂ ਨੂੰ ਬਹੁਤ ਧੰਨਵਾਦ ਦੇਣਾ ਚਾਹੁੰਦਾ ਅਤੇ ਇਹਨਾਂ ਦਾ ਸਾਰਾ ਸਿਹਰਾ ਜਾਂਦਾ ਮੈਡਮ ਲਵਲੀਨ ਜੀ ਜਿਹੜੇ ਕਿ ਡੀ ਪੀ ਨੇ ਸਕੂਲ ਦੇ ਵਿੱਚ ਸਰਕਾਰੀ ਦੇ ਵਿੱਚ, ਪਰ ਉਹਨਾਂ ਦਾ ਇੰਨੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਜ਼ਿਲ੍ਹੇ ਲਈ ਕੋਈ ਵੀ ਸਕੂਲ ਦਾ ਆ ਕੇ ਟ੍ਰੇਨਿੰਗ ਲੈ ਸਕਦਾ, ਕਿਉਂਕਿ ਜਿਹੜਾ ਡੇਰਾ ਬਣਾਇਆ ਸਾਡੇ ਰਾਮਤਲਾਈ ਜਿੱਥੇ ਟਰੈਕ 'ਤੇ ਕੰਮ ਕਰਾਉਂਦੇ ਨੇ, ਸਭ ਤੋਂ ਵੱਧ ਮੈਂ ਸਿਹਰਾ ਇਹਨੂੰ ਦੇਣਾ ਚਾਹੁੰਦਾ। ਔਰ ਮੈਂ ਜ਼ਿਲ੍ਹੇ ਦੇ ਬੱਚਿਆਂ ਨੂੰ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਇੱਕ ਮੁਕਾਮ ਨੂੰ ਪਾਉਣਾ ਤਾਂ ਲਵਰੀਨ ਵਰਗੀ ਮੈਡਮ ਦੇ ਨਾਲ ਟੱਚ ਹੋਵੋ, ਤੁਸੀਂ ਉਸ ਗਰਾਊਂਡ 'ਤੇ ਜਾ ਕੇ ਖੇਡੋ ਜਿੱਥੇ ਮੈਡਮ ਜੀ ਟ੍ਰੇਨਿੰਗ ਦਿੰਦੇ ਨੇ। ਨਹੀਂ ਜੀ, ਜ਼ਿਲ੍ਹੇ ਵਿੱਚ ਇੱਦਾਂ ਦੇ ਕੋਚ ਹੋਣ ਫਿਰ? ਹਾਂ, ਜ਼ਿਲ੍ਹੇ ਦੇ ਵਿੱਚ ਜੇ ਇੱਦਾਂ ਦੇ ਕੋਚ ਸਾਨੂੰ ਮਿਲਣਗੇ ਤਾਂ ਮੈਂ ਨਹੀਂ ਕਹਿੰਦਾ ਵੀ ਕੋਈ ਬੱਚਾ ਨਸ਼ਾ ਕਰੂਗਾ ਅੱਜ ਦੇ ਦੌਰ 'ਚ। ਸੋ ਮੈਂ ਇਹ ਸਾਰਾ ਹੀ ਸਿਹਰਾ ਮੈਡਮ ਲਵਰੀਨ ਜੀ ਨੂੰ ਦੇਣਾ ਚਾਹੁੰਦਾ। ਬੱਚਿਆਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ
ਜ਼ਿਲ੍ਹੇ ਦੇ ਬੱਚਿਆਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਜਿੰਨੀ ਵੀ ਤੁਸੀਂ ਮਿਹਨਤ ਕਰੋਗੇ ਤੁਹਾਨੂੰ ਲਵਲੀਨ ਵਰਗੀ ਮੈਡਮ ਮਿਲੂਗੀ ਤਾਂ ਜ਼ਰੂਰ ਤੁਸੀਂ ਬੁਲੰਦੀਆਂ ਨੂੰ ਛੂਹੋਗੇ। ਸੋ ਮੇਰੀ ਬੇਨਤੀ ਹੈ ਬੱਚਿਓ, ਤੁਸੀਂ ਹਮੇਸ਼ਾ ਖੇਡਦੇ ਰਹੋ, ਨਸ਼ਿਆਂ ਤੋਂ ਦੂਰ ਹੋਇਆ ਜਾਓ। ਮਤਲਬ ਇਹ ਹੌਸਲਾ ਵਧਾਈ ਬਾਈ, ਇਹ ਹੌਸਲਾ ਵਧਾਈ। ਮੈਂ ਤਾਂ ਇਹਨੂੰ ਵੀ ਦੁੱਧ ਕੀ ਲੈ ਕੇ ਖਾਣ, ਇਹ ਪੈਸਿਆਂ ਦੀ ਗੱਲ ਨਹੀਂ ਹੈਗੀ, ਮੈਂ ਤਾਂ ਸਤਿਕਾਰ ਕੀਤਾ ਬੱਚਿਆਂ ਦਾ। ਠੀਕ ਆ, ਤਾਂ ਜੋ ਅਸੀਂ ਬੱਚਿਆਂ ਸਤਿਕਾਰ ਕਰਦੇ ਰਹਾਂਗੇ ਤਾਂ ਉਤਸ਼ਾਹ ਨਾਲ ਇਹ ਖੇਡਣਗੇ, ਹੈ ਨਾ। ਉਹ ਮੇਰੀ ਸੋਚ ਹੈ ਕਿ ਬੱਚਿਆਂ ਨੂੰ ਪਿਆਰ ਦਿੱਤਾ, ਜਿਹੜੀ ਬੱਚਿਆਂ ਨੂੰ ਖੁਸ਼ੀ ਹੈਗੀ ਤੁਹਾਨੂੰ ਵੀ ਬਹੁਤ ਖੁਸ਼ੀ, ਬਹੁਤ ਜ਼ਿਆਦਾ ਖੁਸ਼ੀ ਹੈ। ਮੈਨੂੰ ਤਾਂ ਸਾਰੇ ਜ਼ਿਲ੍ਹੇ 'ਚ ਜ਼ਿਆਦਾ ਖੁਸ਼ੀ ਹੈ। ਠੀਕ ਆ, ਕਿਉਂਕਿ ਮੈਂ ਖੁਦ ਐਥਲੀਟ ਰਹੇ ਹਾਂ, ਵੈਰੀ ਗੁੱਡ, ਖੇਡਦੇ ਰਹੇ ਹਾਂ ਅਸੀਂ। ਮੈਂ ਬਹੁਤ ਧੰਨਵਾਦੀ ਹਾਂ ਚੈਨਲ ਵਾਲਿਆਂ ਦਾ ਵੀ। ਠੀਕ, ਥੈਂਕ ਯੂ। ਇਸ ਮੌਕੇ ਕੋਚ ਲਵਲੀਨ ਕੌਰ ਦਾ ਕਹਿਣਾ ਹੈ ਕਿ ਬਾਬਾ ਰਾਮ ਤਲਾਈ ਦੇ ਗਰਾਊਂਡ ਦੇ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਕਿਹਾ ਕਿ ਉਹਨਾਂ ਕੋਲੋਂ ਕੋਈ ਵੀ ਬੱਚਾ ਟ੍ਰੇਨਿੰਗ ਲੈ ਸਕਦਾ ਹੈ। ਨਹੀਂ ਦੇਖੋ ਜੀ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ, ਸਾਡੇ ਬੱਚੇ ਨੇ ਜਿਹੜੇ ਉਹ ਓਪਨ ਸੈਵਨ ਤੋਂ ਓਪਨ ਪੰਜਾਬ ਅਥਲੈਟਿਕ ਐਸੋਸੀਏਸ਼ਨ ਦੇ ਵੱਲੋਂ ਜੋ ਕੰਪੀਟੀਸ਼ਨ ਹੋਇਆ ਸੀਗਾ ਉਹਦੇ 'ਤੇ ਸਾਡੇ ਬੱਚਿਆਂ ਨੇ ਜ਼ਿਲ੍ਹੇ ਦਾ ਮਾਣ ਵਧਾਉਂਦੇ ਹੋਏ ਸਾਨੂੰ 800 ਮੀਟਰ ਦੇ ਵਿੱਚੋਂ ਸੈਕਿੰਡ ਮੈਡਲ ਦਿੱਤਾ ਕੁੜੀ ਨੇ, ਅਤੇ ਉਸੇ ਹੀ ਬੱਚੀ ਨੇ 300 ਮੀਟਰ ਦੇ ਵਿੱਚੋਂ ਮੈਡਲ ਦਿੱਤਾ। ਇੱਕ ਸਾਡੀ ਵਾਤਰ ਹੈ ਅੰਤਿਮਾ, ਉਹਨੇ ਸਾਨੂੰ ਜ਼ਿਲ੍ਹੇ ਨੂੰ ਮਾਣ ਦਿਵਾਉਂਦੇ ਹੋਏ ਤੀਸਰਾ ਮੈਡਲ ਦਿੱਤਾ ਆ, ਅਤੇ ਇੱਕ ਸਾਡੀ ਜੰਪਰ ਹੈ ਕੁੜੀ 2019 ਦੇ ਵਿੱਚ ਉਹਨੇ ਅੱਛੀ ਪਰਫੋਰਮੈਂਸ ਦਿੱਤੀ ਸੀਗੀ। ਕੁਛ ਇੱਦਾਂ ਦੇ ਕਾਰਨ ਨੇ ਜਿਹਦੇ ਕਰਕੇ ਉਹ ਇਸ ਟਾਈਮ ਪਰਫੋਰਮ ਨਹੀਂ ਕਰ ਸਕੀ ਹੈਗੀ, ਅਤੇ ਅਪੀਲ ਇਹੀ ਕਰਦੇ ਹਾਂ ਕਿ ਸਾਨੂੰ ਸਹੂਲਤਾਂ ਦੇ ਦਿਓ ਤਾਂ ਕਿ ਆਪਾਂ ਇਹਨਾਂ ਪਿੰਡਾਂ ਦੇ ਬੱਚਿਆਂ ਨੂੰ ਜਿਨ੍ਹਾਂ ਦੇ ਕੋਲ ਸ਼ਹਿਰਾਂ ਵਰਗੀਆਂ ਸਹੂਲਤਾਂ ਨਹੀਂ ਹੈਗੀਆਂ, ਜਿੰਨੀਆਂ ਕੁ ਵੀ ਸਹੂਲਤਾਂ ਦੇ ਸਕਦੇ ਨੇ ਸਾਡੇ ਜਿੰਨੇ ਵੀ ਸਮੂਹ ਗ੍ਰਾਮ ਪੰਚਾਇਤ ਦੇ ਮੈਂਬਰ ਸਾਹਿਬਾਨ ਨੇ, ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਨੂੰ ਸਹਿਯੋਗ ਦਿਓ ਤਾਂ ਕਿ ਆਪਾਂ ਪਿੰਡਾਂ ਦੇ ਵਿੱਚ ਉਹ ਮਾਹੌਲ ਨੂੰ ਸੁਰਜੀਤ ਕਰ ਸਕੀਏ ਜੋ ਅੱਜ ਤੋਂ ਕਿੰਨੇ ਸਾਲ ਪਹਿਲਾਂ, ਜਦੋਂ ਅਸੀਂ 1986 ਦੇ ਵਿੱਚ ਕ੍ਰਿਕਟ ਕੱਪ ਜਿੱਤ ਕੇ ਆਏ ਹਾਂ, ਜਾਂ ਜਦੋਂ ਸਾਡੀ ਹਾਕੀ ਦੇ ਵਿੱਚ ਦਾਅਵੇਦਾਰੀ ਰਹਿੰਦੀ ਸੀ ਓਲੰਪਿਕ ਦੇ ਉੱਤੇ, ਜਦੋਂ ਸਾਡੇ ਉੱਦਾਂ ਦੇ ਮਾਹੌਲ ਹੁੰਦੇ ਸੀ ਪੰਜਾਬ ਦੇ ਵਿੱਚ, ਉਹ ਮਾਹੌਲ ਤਾਂ ਬਣਨਗੇ ਜੇ ਅਸੀਂ ਆਪਣੇ ਲੈਵਲ ਦੇ ਉੱਤੇ ਕਾਫੀ ਸਾਰੇ ਉੱਦਮ ਕਰ ਲਈਏ। ਸੋ ਜਿੰਨੀਆਂ ਵੀ ਪੰਚਾਇਤਾਂ ਸਾਡੇ ਆਲੇ ਦੁਆਲੇ ਲੱਗਦੀਆਂ ਨੇ 10 ਪਿੰਡਾਂ ਨੂੰ, ਉਹ ਗਰਾਊਂਡ ਲੱਗਦਾ ਜੀ ਜਿੰਨਾ, ਜਿਸ ਗਰਾਊਂਡ ਤੋਂ ਇਹਨਾਂ ਤਿੰਨ ਬੱਚਿਆਂ ਨੇ ਸਾਨੂੰ ਮੈਡਲ ਦਿੱਤੇ ਨੇ, ਅਗਰ ਉਹ 10 ਪੰਚਾਇਤਾਂ ਵੀ ਥੋੜ੍ਹਾ ਥੋੜ੍ਹਾ ਰਲ ਕੇ ਵੀ ਸਾਡੇ ਲਈ ਨਹੀਂ ਗੇਮ ਲਈ ਅਗਰ ਕੁਛ ਕਰਨ, ਪੰਜਾਬ ਲਈ ਕੁਛ ਕਰਨ, ਤਾਂ ਅਸੀਂ ਆਪਣੇ ਲੈਵਲ ਦੇ ਉੱਤੇ ਔਨ ਸੋਰਸ ਦੇ ਉੱਤੇ ਸਪੋਰਟਸ ਨੂੰ ਖਾਸਾ ਪ੍ਰਮੋਟ ਕਰ ਸਕਦੇ ਹਾਂ। ਜਿਹੜੀਆਂ ਲੋਕ ਖੇਡਾਂ ਨੇ ਉਹਨਾਂ ਦਾ ਖਾਸਾ ਰੋਲ ਹੈ। ਜੇ ਅਸੀਂ ਦੇਖੀਏ ਕਿ ਸਾਡੀ ਦਾਅਵੇਦਾਰੀ ਹਾਕੀ ਦੇ ਵਿੱਚ ਕਿਉਂ ਰਹਿੰਦੀ ਸੀ, ਉਸ ਟਾਈਮ ਨਿਆਣੇ ਗਲੀਆਂ ਦੇ ਵਿੱਚ ਜਾ ਕੇ ਆਪਣੀਆਂ ਲੋਕ ਖੇਡਾਂ ਖੇਡਦੇ ਸੀ, ਜਿਹਦੇ ਕਰਕੇ ਉਹਨਾਂ ਦੇ ਉਹ ਤੱਤ ਜਿਹੜੇ ਮੇਜਰ ਗੇਮ ਦੇ ਵਿੱਚ ਕੰਮ ਆਉਂਦੇ ਨੇ ਉਹ ਡਿਵੈਲਪ ਹੁੰਦੇ ਰਹਿੰਦੇ ਸੀਗੇ ਉਹਨਾਂ ਲੋਕ ਖੇਡਾਂ ਕਰਕੇ। ਸਾਡੀਆਂ ਲੋਕ ਖੇਡਾਂ ਵਿਸਰ ਗਈਆਂ ਅਤੇ ਸਾਡੀਆਂ ਮੇਜਰ ਗੇਮ ਵੀ ਵਿਸਰ ਗਈਆਂ, ਕਿਉਂਕਿ ਸਾਡੀ ਦਾਅਵੇਦਾਰੀ ਤਾਂ ਘੱਟ ਗਈ ਕਿਉਂਕਿ ਸਾਡੀ ਮਸਕੂਲਰ ਇੰਡੋਰੈਂਸ ਸਟਰੈਂਥ ਜੋ ਸਾਡੇ 5 ਕੰਪੋਨੈਂਟ ਨੇ ਉਹ ਘੱਟ ਗਏ, ਅਤੇ ਜੇ ਆਪਾਂ ਜੁੜਾਂਗੇ ਇਹਨਾਂ ਚੀਜ਼ਾਂ ਦੇ ਨਾਲ ਤਾਂ ਬਿਨਾਂ ਸ਼ੱਕ ਅਸੀਂ ਆਪਣੇ ਨੈਸ਼ਨਲ ਦੇ ਵਿੱਚ ਰੈਂਕਿੰਗ ਨੂੰ ਇੰਪਰੂਵ ਕਰ ਸਕਦੇ ਹਾਂ, ਉਹਦੇ ਨਾਲ ਹੀ ਅਸੀਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਣੀ ਰੈਂਕਿੰਗ ਨੂੰ ਇੰਪਰੂਵ ਕਰ ਸਕਦੇ ਹਾਂ, ਅਤੇ ਬਿਨਾਂ ਸ਼ੱਕ ਇਹੀ ਬੱਚੇ ਸਾਡੇ ਦੇਸ਼ ਦਾ ਮਾਣ ਬਣ ਕੇ ਸਾਡੇ ਲਈ ਮੈਡਲ ਪੱਕਾ ਲੈ ਕੇ ਆਉਣਗੇ। ਕੀ ਨਾਮ ਤੁਹਾਡਾ? ਮੇਰਾ ਨਾਮ ਲਵਲੀਨ ਹੈ ਜੀ। ਪੋਸਟ? ਮੈਂ ਐਜ਼ ਅ ਡੀ ਪੀ ਸਰਕਾਰੀ ਹਾਈ ਸਕੂਲ ਗੁੱਲਾਪੁਰ ਕਲਾਂ ਦੇ ਵਿੱਚ ਐਜ਼ ਅ ਬਤੌਰ ਫਿਜ਼ੀਕਲ ਐਜੂਕੇਸ਼ਨ ਟੀਚਰ ਆਪਣੀਆਂ ਸੇਵਾ ਨਿਭਾ ਰਹੀ ਹਾਂ। ਜੋ ਅਸੀਂ ਸੰਤ ਬਾਬਾ ਅਤਰਦਾਸ ਡੇਰਾ ਰਾਮ ਤਲਾਈ ਮੁੱਲਾਂਪੁਰ ਖੁਰਦ ਵਿਖੇ ਜੋ ਮੈਂ ਗਰਾਊਂਡ ਚਲਾਉਂਦੀ ਹਾਂ ਸਮੂਹ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਦੇ ਨਾਲ, ਉੱਥੇ ਅਸੀਂ ਇਹ ਨਹੀਂ ਕੀਤਾ ਹੋਇਆ ਵੀ ਸਿਰਫ ਮੇਰੇ ਸਕੂਲ ਦੇ ਜਿੱਥੇ ਮੈਂ ਟੀਚਰ ਹਾਂ ਵੀ ਉੱਥੋਂ ਦੇ ਬੱਚੇ ਟ੍ਰੇਨਿੰਗ ਲੈਣ ਆਉਣਗੇ, ਉੱਥੇ ਇਹ ਸਿਸਟਮ ਹੈ ਵੀ ਆਲੇ ਦੁਆਲੇ ਪਿੰਡਾਂ ਦੇ ਚਾਹੇ ਸ਼ਹਿਰ ਦੇ ਜਿੰਨਾ ਵੀ ਸਾਡਾ ਰੇਡੀਅਸ ਹੈ ਕੋਈ ਵੀ ਬੱਚਾ ਸਾਡੇ ਕੋਲ ਜਾ ਕੇ ਪ੍ਰੈਕਟਿਸ ਕਰ ਸਕਦਾ ਆ ਫਰੀ ਆਫ ਕੋਸਟ।
ਇਸ ਮੌਕੇ ਜਦੋਂ ਜੇਤੂ ਖਿਡਾਰਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਕੋਮਲ ਤੇ ਮੇਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਅਸੀਂ ਆਪਣੇ ਜ਼ਿਲ੍ਹੇ ਵੱਲੋਂ ਮੋਗਾ ਸਟੇਟ ਲੈਵਲ 'ਤੇ ਕੰਪੀਟੀਸ਼ਨ 'ਤੇ ਗਏ ਸੀਗੇ, ਜਿਹਦੇ ਵਿੱਚੋਂ ਮੇਰੇ 2 ਸਿਲਵਰ ਆਏ ਨੇ, 800 ਮੀਟਰ ਰੇਸ, 300 ਮੀਟਰ ਰੇਸ। ਕਿੱਦਾਂ ਕਿੱਦਾਂ ਮਹਿਸੂਸ ਹੋ ਰਿਹਾ, ਸਨਮਾਨ ਕੀਤਾ ਜਾ ਰਿਹਾ ਤੁਹਾਨੂੰ? ਬਹੁਤ ਵਧੀਆ ਮਹਿਸੂਸ ਹੋ ਰਿਹਾ, ਤਾਂ ਕਿ ਮੈਂ ਆਪਣੇ ਮਾਪਿਆਂ ਦਾ, ਆਪਣੇ ਕੋਚ ਸਾਹਿਬਾਨਾਂ ਦਾ ਨਾਮ ਰੋਸ਼ਨ ਕਰ ਰਹੀ ਹਾਂ, ਅਤੇ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਸਾਰੇ ਮਿਹਨਤ ਕਰਦੇ ਰਹੋ, ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਹੈ। ਮੇਰਾ ਨਾਮ ਅੰਤਿਮ ਹੈ, ਮੈਂ ਪੰਜਾਬ ਲੈਵਲ 'ਤੇ ਖੇਡ ਕੇ ਹਾਂ, ਮੈਂ 3 ਕਿਲੋਮੀਟਰ ਰੇਸ ਵਾਕ ਲਗਾਈ ਸੀ ਜਿਹਦੇ ਵਿੱਚੋਂ ਮੇਰਾ ਬ੍ਰੌਂਜ ਮੈਡਲ ਆਇਆ ਹੈ, ਅਤੇ ਮੈਂ ਬਸ ਇੱਕੋ ਹੀ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ, ਅਤੇ ਮਿਹਨਤ ਵਧੀਆ ਤਰੀਕੇ ਨਾਲ ਕਰਕੇ ਉਹਦਾ ਹੱਲ ਜ਼ਰੂਰ ਮਿਲਦਾ। ਕੀ ਮੈਸੇਜ ਦੇਣਾ ਚਾਹੁੰਦੇ ਬੱਚਿਆਂ ਨੂੰ? ਮੈਂ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣਾ ਜੋ ਵੀ ਇਵੈਂਟ ਆ ਉਹ ਆਪਣੇ ਪੂਰੀ ਦਿਲ ਨਾਲ ਕਰਨਾ ਚਾਹੀਦਾ ਹੈ, ਸਾਨੂੰ ਫਲ ਜ਼ਰੂਰ ਮਿਲਦਾ। ਮੇਰਾ ਨਾਮ ਰਮਨਦੀਪ ਕੌਰ ਹੈ, ਮੈਂ ਲੌਂਗ ਜੰਪ ਲਾਇਆ ਸੀ ਜਿਹਦੇ ਵਿੱਚ ਮੇਰੀ 4th ਪੋਜੀਸ਼ਨ ਰਹੀ ਹੈ। ਕਿਹੜਾ ਮੈਡਲ ਲਿਆ? ਮੈਡਲ ਨਹੀਂ ਸੀ, 4th ਪੋਜੀਸ਼ਨ। ਕੀ ਮੈਸੇਜ? ਬਸ ਮਿਹਨਤ ਕਰਦੇ ਰਹੋ ਅਤੇ ਤਰੱਕੀ। ਨਹੀਂ ਮਤਲਬ ਕਿ ਕੁੜੀਆਂ ਨੇ ਪੜ੍ਹਾਈ 'ਚ ਵੀ ਅੱਗੇ, ਖੇਡਾਂ 'ਚ ਵੀ ਅੱਗੇ? ਮੇਰਾ ਸਕੂਲ ਲਈ 'ਚੋਂ 3rd ਮੈਡਲ ਵੀ ਆਇਆ ਹੈ 2019 'ਚ, ਅਤੇ ਮੈਂ ਹੁਣ ਮਿਹਨਤ ਕਰਦੀ ਰਹਿੰਦੀ ਹਾਂ। A1 ਮੀਡੀਆ ਲਈ ਸ਼ਿਵ ਫਤਿਹਗੜ੍ਹ ਸਾਹਿਬ ਤੋਂ ਬਹਾਦਰ ਸਿੰਘ ਟਿਵਾਣਾ ਦੀ ਖਾਸ ਰਿਪੋਰਟ।